ਹੈਲੋ ਫਰੈਂਡਸ, ਅੱਜ ਮੈਂ ਤੁਹਾਨੂੰ ਬਚੀ ਹੋਈ ਉੱਨ ਤੋਂ ਤਿਆਰ ਕੀਤੀ ਹੋਈ ਜਾਕਟ ਦਿਖਾ ਰਹੀ ਹਾਂ। ਅਤੇ ਜਿਹੜੀ ਇਹ ਜਾਕਟ ਬੁਣੀ ਜਾਂਦੀ ਹੈ, ਇਹਦੇ ਵਿੱਚ ਜਿਹੜੀ ਪੱਟੀ ਹੁੰਦੀ ਹੈ ਉਹ ਅਲੱਗ ਤੋਂ ਬੁਣੀ ਜਾਂਦੀ ਹੈ। ਅਤੇ ਅੱਜ ਜਿਹੜੀ ਉਹ ਪੱਟੀ ਹੈ ਉਹ ਮੈਂ ਤੁਹਾਨੂੰ ਦੱਸੂੰਗੀ ਵੀ ਉਹ ਕਿੱਦਾਂ ਬੁਣਦੇ ਹਾਂ। ਜਿਹੜੇ ਕਲਰ ਦਾ ਆਪਾਂ ਬਾਰਡਰ ਲੈਂਦੇ ਹਾਂ ਉਹੀ ਕਲਰ ਦੀ ਆਪਾਂ ਪੱਟੀ ਬਣਾਉਂਦੇ ਹੁੰਦੇ ਹਾਂ। ਇਹਨੂੰ ਪਹਿਲਾਂ ਮੈਂ ਤੁਹਾਨੂੰ ਇਹ ਬਣਾਉਣੀ ਦੱਸਾਂਗੀ ਅਤੇ ਫਿਰ ਇਹਦੀ ਸਿਲਾਈ ਕਰਨੀ ਦੱਸਾਂਗੀ ਵੀ ਕਿੱਦਾਂ ਸਿਲਾਈ ਕਰਦੇ ਹਾਂ ਇਹਦੀ। ਇਹਦੇ ਵਾਸਤੇ ਆਪਾਂ ਨੇ 5 ਜੋਟੇ ਲੈਣੇ ਆ, ਯਾਨੀ ਕਿ 10 ਕੁੰਡੇ ਲੈਣੇ ਆ। ਦੇਖੋ, ਆਪਾਂ ਨੇ ਪਹਿਲਾਂ ਇਹਦੀ ਸਿੱਧੀ ਸਿਲਾਈ ਪਾਉਣੀ ਆ। ਅਤੇ ਫਿਰ ਇਹਦੀ ਆਪਾਂ ਨੇ ਪੁੱਠੀ ਸਿਲਾਈ ਪਾਉਣੀ ਆ। ਅਤੇ ਜਿਹੜੀ ਇਹ ਸਿੱਧੀ ਪੁੱਠੀ ਸਿਲਾਈ ਹੈ ਮੈਂ ਆਪਣੀ ਨੈਕਸਟ ਵੀਡੀਓ ਵਿੱਚ ਦੱਸਾਂਗੀ ਵੀ ਕਿੱਦਾਂ ਪੈਂਦੀ ਹੈ। ਅਤੇ ਹੁਣ ਸਿਰਫ ਮੈਂ ਤੁਹਾਨੂੰ ਇਹ ਪੱਟੀ ਦੱਸਣ ਬਾਰੇ ਵੀਡੀਓ ਬਣਾਈ ਹੈ। ਦੇਖੋ ਫਿਰ ਇਹ ਇੱਦਾਂ ਬਣ ਜਾਂਦੀ ਹੈ। ਅਤੇ ਜੇ ਤੁਹਾਨੂੰ ਇਸ ਵੀਡੀਓ ਦੇ ਰਿਲੇਟਡ ਹੋਰ ਕੋਈ ਵੀ ਚੀਜ਼ ਪੁੱਛਣੀ ਹੋਵੇ ਤਾਂ ਤੁਸੀਂ ਪੁੱਛ ਸਕਦੇ ਹਾਂ। ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜੇ ਤੁਹਾਨੂੰ ਕੁਛ ਪੁੱਛਣਾ ਹੈ। ਅਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ।